ਸਾਡੇ ਹੁੰਦੇ ਕੰਨ ਫੜੇ ਹੁਣ ਚਾਰ ਕੱਟੇ ਐ ਕਿੱਥੇ ਲਿਗੇ ਕੰਨ ਛੱਡੋ ਇਧਰ ਆ ਉਹ ਟਾਂਡਾ ਆਇਆ ਬੱਬਰ ਸੇ ਓਏ ਓਏ ਤੁਸੀਂ ਇਸ ਪਿਓ ਦੀ ਗੱਲ ਨਹੀਂ ਮੰਨਣੀ ਸਮਝੋ ਤੁਹਾਡਾ ਤਕਰੀਬਨ ਪਿਓ ਮੈਂ ਹੀ ਆ ਤਕਰੀਬਨ ਤਕਰੀਬਨ ਉਹ ਗੱਲ ਸੁਣੇ ਵੱਡਾ ਉਹਨਾਂ ਨੂੰ ਕੋਈ ਕੰਮ ਤੇ ਲਾ ਕੋਈ ਕੰਮ ਕਰੋ ਕੰਮ ਜਵਾਨ ਦੀ ਮੌਤ ਆ ਲੈ ਕੰਮ ਅਸੀਂ ਨਹੀਂ ਕਰ ਸਕਦੇ ਨਾ 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 ਆਪਾਂ ਸਾਡੇ ਕੋਲ ਨਹੀਂ ਕੰਮ ਤੇ ਜਾਇਆ ਜਾਂਦਾ ਕਿਹੜਾ ਮਜ਼ਦੂਰੀ ਕਰੇ ਕਿਹੜਾ ਇੱਟਾਂ ਚੁੱਕੇ ਕਿਹੜਾ ਗੱਡੀਆਂ ਠੀਕ ਕਰੇ ਨਾ 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 ਅੱਛਾ ਕੋਈ ਪੈਸਾ ਲਾ ਕੋ ਕਾਰੋਬਾਰ ਕਰੀਏ ਕੋਈ ਇਨਵੈਸਟਮੈਂਟ ਹੋਵੇ ਖੁੱਲਾ ਪੈਸਾ ਆਏ ਹਾਏ ਇਹਨਾਂ ਤੇਰੇ ਪੁੱਤਰਾਂ ਦੇ ਮੂੰਹ ਮਜ਼ਦੂਰ ਆਰ ਕੇ ਹੋ ਸਕਦੇ ਨੇ ਐਸਾ ਨਹੀਂ ਓਏ ਗੱਲ ਸੁਣਾ ਮੇਰੀ ਰੋਟੀ ਖਾ ਲੈਂਦੇ ਹੋ ਨਾ ਬੜੀ ਮੁਸ਼ਕਲਾਂ ਨਾਲ ਲੈ ਪਤਾ ਨਹੀਂ ਕਿਵੇਂ ਇੰਜ ਤੋੜ ਕੇ ਇੱਥੇ ਤੱਕ ਲਿਆਣੀ ਬੜਾ ਕੰਮ ਹੈ ਹਾਂਜੀ ਸਹੀ ਗੱਲ ਹੈ ਤੇ ਮੈਨੂੰ ਦੱਸਿਆ ਕਰੋ ਮੈਂ ਤੁਹਾਡੇ ਮੂੰਹ ਚ ਪਾ ਦਿਆ ਕਰਾਂ ਅੱਬਾ ਤੇਰੇ ਕੋ ਆਪਣੇ ਮੂੰਹ ਚ ਨਹੀਂ ਪੈਂਦੀ ਹਾਂ ਗੱਲ ਸੁਣ ਓਏ ਕੋਈ ਕੰਮ ਦਾ ਮੁਸ਼ਵਰਾ ਦੋਗੇ ਕੋਈ ਕੰਮ ਠੀਕ ਹੋਏਗਾ ਮੈਂ ਪੈਸੇ ਲਾ ਲਾਂਗਾ ਨਹੀਂ ਤੇ ਟਾਣਾ ਨਹੀਂ ਦੇਣਾ ਮੈਂ ਤੁਹਾਨੂੰ ਪੈਸਾ ਲਾ ਕੋਈ ਖੁੱਲਾ ਕਾਰੋਬਾਰ ਹੋਵੇ ਆ ਸਭ ਸਬਾਬ ਹੋਣ ਕਿ ਲੋਕੀ ਥੱਲੇ ਕੰਮ ਕਰ ਰਹੇ ਹੋ ਅਸੀਂ ਉੱਤੇ ਬੈਠੇ ਹੋਈਏ ਹਾਏ ਹਾਏ ਮੇਰਾ ਭਰਾ ਲੱਗਦਾ ਆ ਟਾਈਮ ਹੋਇਆ ਚੀਜ਼ਾਂ ਵੇਚਣ ਦੇ ਆ ਚਿਪਸ ਲੈ ਬੋਤਲ ਲੈ ਲੈ ਵੀ ਅੱਬਾ ਮੈਨੂੰ ਤੇਰੇ ਤੇ ਇਤਰਾਜ਼ ਹੈ ਹਾਂ ਇਹ ਗਗੜੇ ਜੇ ਕਿਉਂ ਜੰਮੇ ਕਿਹੜੇ ਗਗੜੇ ए तगड़े न तगड़े गल सुनो कोई मशवरा दोगे मैं पैसे लावांगा नहीं तो मैं तुहाडे नकम्मियां दे एक टाणा नहीं हरजणा मशवरे बड़े अब्बा मशवरा लै मुफ्त लै हां उस तो बाद साडू काम ते पे मशवरा ठीक होएगा पैसे लावांगा मैं ते कहना पिंडी वाले पासे बसां चला देगी हाय 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 आईडिया ऐसा खुला पैसा हांजी भाई 500 रुपया फीस सवारी हाय 50 सवारियां में बैठन कोच दे विच हाय 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 चार फेरे लगे हो हाय मैं दफ्तर बैठा हुआ हाय ए दोवें गड्डी चला रहे हो खिचिया जा रही चेक आ रहे कारोबार दस दे उधरों सेक पैण ਅੱਗੇ ਮੇਰੇ ਭਰਾ ਨੂੰ ਪਾਸਪੋਰਟ ਦੇ ਦਫ਼ਤਰ ਬਹੁਤ ਚਪੇੜਾ ਪਈਆਂ ਕਿਉਂ ਉਹ ਤਸਵੀਰ ਖਿਚਾਉਣ ਲਈ ਬੈਠਾ ਕਹਿੰਦਾ ਖਿੱਚ ਓਏ ਉਹਨੇ ਕਹਿ ਇਧਰ ਕਰ ਖਿੱਚ ਓਏ ਇਹਦੀ ਵੀ ਫੋਟੋ ਲਵਾਉਣ ਵਾਸਤੇ ਗਏ ਹਾਂ ਉਸ ਤੋਂ ਬਾਅਦ ਕਿ ਮੈਂ ਕਿਹਾ ਤਸਵੀਰ ਦੇ ਕਹਿੰਦਾ ਭਾਜੀ ਧੋਈ ਜਾ ਰਹੇ ਅਜੇ ਤੱਕ ਧੋਲੀ ਨਹੀਂ ਰਹੀ ਮੂੰਹ ਤੋਂ ਗੰਦ ਹੀ ਨਹੀਂ ਜਾ ਰਿਹਾ ਮੈਂ ਫਿਰ ਉੱਥੇ ਜਾ ਕੇ ਪੈਰਾਂ ਨਾਲ ਕੀਤਾ ਮੈਂ ਕਿਹਾ ਆਏ ਹਾਏ ਹਾਏ ਬੱਸਾਂ ਚਲਾਏਗਾ ਕੌਣ ਬਸ ਤੂੰ ਚਲਾਏਗਾ ਤੂੰ ਟੁੰਡਾ ਵਾ ਚਲੋ ਮੈਂ ਹੀ ਚਲਾ ਲੈਣਾ ਲਿਓ ਆ ਤੇ ਚਲਾ ਹੀ ਨਹੀਂ ਸਕਦਾ ਕਿਉਂ ਸਾਡਾ ਰੇਸ ਦੇਣ ਜਾਏਗਾ ਸਟੀਅਰਿੰਗ ਛੋਟੇ ਜਗਾ ਸਟੀਅਰਿੰਗ ਬੜੇ ਕਰ ਰੇਸ ਟੁੰਡਾ ਆਏ ਹਾਏ ਹਾਏ ਨਹੀਂ 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 ਚਲੋ ਮੈਂ ਦੱਸਣਾ ਕਾਰੋਬਾਰ ਅੱਬਾ ਜੀ ਹਾਂ ਮਨਾਂ ਦੇ ਹਿਸਾਬ ਨਾਲ ਡੱਡੂ ਖਰੀਦੀਏ ਲੱਖ ਲਾਣ ਤੇਰੀ ਸ਼ਕਲ ਤੇ ਉਹ ਸਾਲਿਆ ਭਰਾ ਦੇ ਖਿਲਾਫ ਹੋ ਗਿਆ ਆਏ ਹਾਏ ਹਾਏ ਹੋਵਾ ਪਹਿਲੇ ਨਕਮਿਓ ਆ ਵੇਲਾ ਨਕਮਾ ਤੇਰੇ ਸਦਕੇ ਜਾਵਾ ਇੰਪੋਰਟ ਐਕਸਪੋਰਟ ਦਾ ਕੰਮ ਹੈ ਤੁਸੀਂ ਘਟਾ ਕਰਾ ਘਰ ਦਾ ਕੂੜਾ ਦੂਜੇ ਘਰ ਅੱਗੇ ਲਾ ਆਉਂਦਾ ਆਏ ਹਾਏ ਇਹਨਾਂ ਘਟਾ ਕੰਮ ਕਰਨਾ ਆਪਾਂ ਹਾਂ ਦੱਸ ਪੁੱਤ ਮਸੂਰਾ ਤੈਨੂੰ ਮੈਂ ਦੇ ਨਾਲ ਪਈਏ ਆਉਣਗੇ ਹਾਂ ਠੀਕ ਹੈ ਪੁੱਤ ਅੱਬਾ ਜੀ ਹਾਂ ਖੁਸਰੇ ਰੈਂਟ ਤੇ ਦਈਏ ਉਹ ਲਾਂਤੀਆ ਆ ਖਿਆਲ ਤੈਨੂੰ ਹੋਣਾ ਆ ਜਦੋਂ ਤੇਰੇ ਵੱਡੇ ਭਰਾ ਨੇ ਕੰਮ ਛੱਡਤਾ अंदर बह के मशवरा कर लो जे कोई काम करना एक फैसला करो मैं पैसे ला दांगा बस ठीक है अंदर बह के सोच रहे फ्यूचर करना की ਅਪਾ ਥੋੜਾ ਜਿਹਾ ਤੇਲ ਤੇ ਭਜਵਾ ਦੇ ਮੈਂ ਥੱਲੇ ਬੈਠਾਗਾ ਮੇਰੇ ਸਿਰ ਤੇ ਲਾ ਕੇ ਕਰਨਗੇ ਆਏ ਹਾਏ 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 ਥੱਲੇ ਬੈਠਾ ਤੇ ਤੂੰ ਆਏ ਹੈ ਕਹੇਗਾ ਆ ਵੀ ਲਾਲ ਦਿਨਾ ਆ ਗੱਲ ਕੀਤੀ ਮੁੰਡੇ ਨਾਲ ਕਿ ਨਹੀਂ ਮੈਂ ਕਿਹਾ ਤੁਹਾਡੀਆਂ ਕੁੜੀਆਂ ਖਰਾਬ ਹਨ ਆ ਹੁਣੇ ਤਾਂ ਤੁਸੀਂ ਗਏ ਸੋ ਹੁਣੇ ਆ ਗਏ ਓ ਯਾਰ ਅਸੀਂ ਗਏ ਸਾਂ ਕੁੜੀਆਂ ਨੂੰ ਮਨਾ ਲਿਆ ਸੀ ਹਾਂ ਉਹ ਕਹਿੰਦੀਆਂ ਜਿਵੇਂ ਆਪਾਂ ਹੀ ਤੁਸੀਂ ਕਹੋਗੇ ਕਰ ਲਾਂਗੇ ਹੁਣ ਤੂੰ ਆਪਣੇ ਮੁੰਡਿਆਂ ਨਾਲ ਗੱਲ ਕਰ ਲੈ ਮੈਂ ਮੁੰਡਿਆਂ ਨਾਲ ਗੱਲ ਕੀਤੀ ਆ ਉਹ ਅੰਦਰ مشورہ ਕਰ ਰਹੇ ਆ ਜੇ ਉਹਨਾਂ ਨੇ ਕੋਈ ਸਹੀ ਕੰਮ ਫੜ ਲਿਆ ਤੇ ਮੈਂ ਪੈਸੇ ਲਾ ਕੇ
ਉਹਨਾਂ ਦੇ ਕੰਧ ਤੋਂ ਪਾ ਲਾਂਗਾ, ਉਹ ਕੰਮ ਤੇ ਪੈ ਗਏ, ਤੁਹਾਡੀਆਂ ਧੀਆਂ ਵਿਆਹ ਕੇ ਘਰ ਲੈ ਆਵਾਂਗਾ। ਗੱਲ ਸੁਣ ਲਾਲ ਦੀਨਾ, ਸਾਡੀ ਅਸੀਂ ਆਪਣੀ ਕੁੜੀਆਂ ਨਾਲ ਗੱਲ ਕੀਤੀ ਹੈ, ਤੂੰ ਇੱਥੇ ਤੇਰੇ ਕੋਲ ਰਹਿਣ ਆ ਰਹੀਆਂ ਨੇ, ਦੋ ਚਾਰ ਦਿਨ ਤੇਰੇ ਕੋਲ ਰਹਿਣਗੀਆਂ, ਤੇਰੇ ਮੁੰਡਿਆਂ ਨਾਲ ਉੱਠਣ ਬੈਠਣਗੀਆਂ, ਉਹ ਆਪਸ 'ਚ ਅੰਡਰਸਟੈਂਡਿੰਗ ਹੋਏਗੀ ਉਹਨਾਂ ਦੀ, ਫਿਰ ਅਸੀਂ ਰਿਸ਼ਤਾ ਪੱਕਾ ਕਰ ਦੇਵਾਂਗੇ। ਕੁੜੀਆਂ ਇੱਥੇ ਰਹਿਣ ਆ ਰਹੀਆਂ? ਆਹੋ। ਉਹ ਨਾ ਭਾਈ, ਮੈਨੂੰ ਤੇ ਆਪਣੇ ਮੁੰਡਿਆਂ ਦਾ ਨਹੀਂ ਪਤਾ, ਮੈਂ ਤੇ ਉਹਨਾਂ ਦੇ ਡਰ ਤੋਂ ਆਪ ਕੁੰਡੀ ਲਾ ਕੇ ਸੌਣਾ। ਨਾ ਕੱਲ ਨੂੰ ਕੋਈ 19ਵੀਂ ਹੋਈ, ਮੈਂ ਜ਼ਿੰਮੇਵਾਰ ਨਹੀਂ ਹੈ। ਤੂੰ ਕੁੰਡੀ ਲਾ ਕੇ ਸੌਣਾ, ਤੂੰ ਚੋਰੀ ਫਿਲਮਾਂ ਵੇਖਣਾ ਉਹਨਾਂ ਕੋਲੋਂ। ਉਹ ਨਹੀਂ, ਤੈਨੂੰ ਨਹੀਂ ਪਤਾ। ਨਹੀਂ ਪਤਾ? ਹਾਂ। ਉਹ ਤੈਨੂੰ ਵੀ ਨਹੀਂ ਪਤਾ? ਐਡੀਆਂ ਸਾਨੂੰ ਵੱਧ ਵੱਧ ਕੇ ਗੱਲਾਂ ਨਾ ਸੁਣਾ, ਸਾਡੀ ਕੁੜੀਆਂ ਨੂੰ ਰਿਸ਼ਤੇ ਬਥੇਰੇ। ਉਹ ਜਾ ਫਿਰ ਕਰ ਲੈ, ਰਿਸ਼ਤੇ ਬਥੇਰੇ। ਇੱਕ ਮਿੰਟ ਤਾਂ ਪਹਿਲੇ ਸ਼ਰੀਕਾ ਬਣ ਗਿਆ, ਕੱਲ ਜਿੱਥੇ ਕੁੜੀਆਂ ਵੇਚ ਜਾਂਦੀਆਂ। ਉਹ ਗੱਲ ਸੁਣ ਲਾਲ ਦੀਨਾ, ਹਰ ਵਾਰ ਤੇ ਬਾਰ ਬਾਰ ਮੁੰਡਿਆਂ ਦਾ ਪਿਓ ਬਣ ਕੇ ਨਾ ਸੋਚਿਆ ਕਰ, ਉਹ ਕਿਸੇ ਵੇਲੇ ਧੀ ਦਾ ਬਾਬਲ ਬਣ ਕੇ ਵੀ ਸੋਚ ਕਿ ਧੀਆਂ ਦੇ ਪਿਓ ਕਿੱਡੇ ਕੁ ਮਜਬੂਰ ਹੁੰਦੇ ਨੇ। ਉਹ ਤੇਰੇ ਨਾਲ ਬਚਪਨ ਦਾ ਯਰਾਨਾ ਤੇ ਤੈਨੂੰ ਧੀ ਦਾ ਰਿਸ਼ਤਾ ਦੇਣ ਆਏ ਆ, ਉਹ ਨਹੀਂ ਤੇ ਸਾਡੀਆਂ ਕੁੜੀਆਂ ਤੇ ਹੱਥੋਂ ਹੱਥ ਜਾਂਦੀਆਂ ਨੇ। ਕਿੱਥੇ ਉਹ ਰਿਸ਼ਤੇਦਾਰਾਂ ਵੱਲੇ? ਚਵਲਾ ਉਬਰ ਤੇ ਲੱਗੀਆਂ ਨੇ, ਹੱਥੋਂ ਹੱਥ ਜਾਂਦੀਆਂ ਨੇ। ਇਹਨੂੰ ਸਮਝਾ, ਹਾਲੇ ਕੁੜੀਆਂ ਵੇਹੀਆਂ ਨਹੀਂ, ਇਸ ਗੱਲ ਤੋਂ ਮੈਂ ਡਰਨਾ, ਸਾਡੀ ਦੋਸਤੀ ਦੇ ਵਿੱਚ ਫਰਕ ਪੈ ਜਾਣਾ। ਨਹੀਂ ਫਰਕ ਪੈਂਦਾ, ਤੂੰ ਘਬਰਾ ਨਾ, ਮੈਂ ਤੇਰੇ ਨਾਲ ਆ, ਟੈਨਸ਼ਨ ਨਾ ਲੈ ਤੂੰ। ਕਮਲਿਆ, ਤੈਨੂੰ ਕਿੰਨੀ ਵਾਰੀ ਕਿਹਾ ਸੀ, ਯਾਰਾਂ ਤੇ ਯਾਰ ਹੀ ਰਵਾਂਗੇ। ਆਹੋ ਤੇ ਇਹੋ ਜਿਹੀਆਂ ਗੱਲਾਂ ਨਾ ਕਰ। ਇਹੋ ਜਿਹੀਆਂ ਗੱਲਾਂ ਇਸ ਲਈ ਕਰ ਰਿਹਾ ਕਿ ਜਵਾਨ ਕੁੜੀਆਂ ਦਾ ਪਿਓ ਸਿਰ ਤੋਂ ਭਾਰ ਲੈ ਜੇ। ਓਏ ਮੇਰੀ ਗੱਲ ਸੁਣ, ਮੈਂ ਆਪਣੇ ਪੁੱਤਰਾਂ ਨੂੰ ਕੰਮ ਤੇ ਲਾਵਾਂਗਾ, ਉਹ ਕਮਾ ਕੇ ਲਿਆਣਗੇ, ਕੌਣ ਖੁਸ਼ ਰਹਿਣਗੀਆਂ? ਤੁਹਾਡੀਆਂ ਕੁੜੀਆਂ ਕੋਈ ਮੈਂ ਖਾਣਾ? ਨਾਲੇ ਦੇਖ ਦੀਮਿਆ, ਮੈਂ ਇੱਕ ਨਜੂਮੀ ਨਾਲ ਵੀ ਗੱਲ ਕੀਤੀ ਆ। ਅੱਛਾ। ਉਹ ਮੁੰਡਿਆਂ ਦੇ ਹੱਥ ਵੇਖੇਗਾ, ਉਹਨਾਂ ਦੀ ਕਿਸਮਤ ਦੇ ਫੈਸਲਿਆਂ ਦਾ ਵੀ ਪਤਾ ਲੱਗ ਜਾਏਗਾ। ਅੱਲਾ ਅੱਲਾ, ਖੈਰ ਸੱਲਾ, ਤੁਹਾਡੀਆਂ ਧੀਆਂ ਖੁਸ਼, ਅਸੀਂ ਖੁਸ਼। ਕੀ ਹੋ ਗਿਆ ਤੈਨੂੰ ਲਾਲ ਦੀਨਾ? ਰੱਬ ਤੇ ਤਵੱਕਲ ਕਰ, ਕਿਹੜੇ ਨਜੂਮਿਆਂ ਵਾਲੇ ਪਾਸੇ ਤੁਰ ਪਿਆ? ਉਹ ਗੱਲ ਨਹੀਂ ਉਹ ਸੁਣੀ ਕਿਹੜੀ? ਹੱਥੋਂ ਕੀ ਲਕੀਰੋਂ ਪੇ ਇਤਬਾਰ ਨਾ ਕਰ ਰਹੇ ਦੋਸਤ, ਤਕਦੀਰ ਤੋਂ ਉਨਕੀ ਵੀ ਲਿਖੀ ਜਾਤੀ ਹੈ ਜਿਨਕੇ ਹੱਥ ਨਹੀਂ ਹੋਤੇ। ਔਰ ਰੱਬ ਚੰਗੀਆਂ ਕਰੇਗਾ। ਚਲੋ ਠੀਕ ਆ, ਅੱਲਾ ਵਾਰਸ, ਅੱਲਾ ਵਾਰਸ, ਅੱਲਾ ਵਾਰਸ ਆ, ਤੇ ਅਸੀਂ ਜਾ ਕੇ ਆਪਣੀਆਂ ਕੁੜੀਆਂ ਨੂੰ ਭੇਜਣੇ ਆ, ਸਮਝਾ ਕੇ ਭੇਜਣਾ, ਸਮਝਾ ਕੇ ਮੇਰੇ ਮੁੰਡਿਆਂ ਤੋਂ ਦੂਰ ਰਹਿਣ। ਠੀਕ ਹੈ। ਹਾਂ, ਤੁਹਾਨੂੰ ਨਹੀਂ ਪਤਾ, ਸਿਆਣੇ ਕਹਿੰਦੇ ਆ ਅੱਗ ਬਲਦੀ ਹੋਵੇ ਤੇ ਸੇਕਣ ਵਾਲੇ ਬਹੁਤ ਆ ਜਾਂਦੇ ਆ। ਗੱਲ ਤੁਹਾਡੀ ਸੁੱਟਣ ਵਾਲੀ ਨਹੀਂ ਹੈਗੀ, ਤੁਹਾਨੂੰ ਸੁੱਟ ਦੇ। ਠੀਕ ਹੈ ਫਿਰ, ਠੀਕ ਹੈ, ਅਸੀਂ ਚੱਲਦੇ ਆ। ਠੀਕ ਹੈ, ਚੱਲ ਵੀ ਸੀ ਤੇ ਆ, ਖੈਰ ਨਾ ਜਾਣਾ। ਹਾਂ, ਖੈਰ ਨਾ। ਠੀਕ ਹੈ। ਹਾਂ, ਬਾਬਾ ਜੀ ਅੰਦਰ ਆਓ, ਹੁਣ ਅੰਦਰ ਵੀ ਬੁਲਾ ਲੋ। ਮਾਸ਼ਾਅੱਲਾ, ਬਾਬਾ ਜੀ ਕਿਹੜਾ ਕੰਮ ਤੇ ਜਾਏਗਾ, ਕਿਹੜਾ ਨਹੀਂ ਜਾਏਗਾ, ਇਹ ਵੀ ਪਤਾ ਕਰਾ ਲੋ। ਵਾਹ ਵਾਹ ਬਾਬਾ ਜੀ, ਹਾਂਜੀ, ਤੁਹਾਡੀਆਂ ਬੜੀਆਂ ਤਾਰੀਫਾਂ ਸੁਣੀਆਂ ਜੀ। ਪਹੁੰਚ ਗਏ ਜਨਾਬ ਸਾਡੇ ਘਰ। ਬਾਬਾ ਜੀ ਆਓ, ਬੈਠੋ ਬੈਠੋ ਜੀ। ਬਾਬਾ ਜੀ ਜੀ, ਮੇਰੀ ਜਨਾਨੀ ਨੂੰ 10 ਸਾਲ ਹੋ ਗਏ ਮਰ ਗਈ ਹੈ, ਮੇਰੇ 3 ਪੁੱਤਰ ਆ ਤੇ ਮੈਂ ਆ ਬਸ। ਤੁਹਾਡੇ ਘਰ ਚ ਔਰਤ ਕੋਈ ਨਹੀਂ? ਨਹੀਂ ਬਾਬਾ ਜੀ, ਜੁਦਾ ਹੋ। ਬਾਬਾ ਜੀ ਡਰਦੇ ਕਿਉਂ, ਇਨਕਾਰ ਕਰਦੇ ਤੁਸੀਂ? ਇਨਕਾਰ ਤੂੰ ਗੱਲ ਹੀ ਹੋਰ ਕਰ ਰਿਹਾ ਸੀ, ਹੱਥ ਚੈੱਕ ਕਰਨ ਆਇਆ। ਇੱਥੇ ਬੈਠੋ ਬਾਬਾ ਜੀ, ਪਹਿਲੇ ਆਪਣੀ ਜੇਬ ਦੇ ਹਾਲ ਚੈੱਕ ਕਰਾ ਲੋ। ਬਾਬਾ ਜੀ ਪੈਸੇ ਤੁਹਾਨੂੰ ਮਿਲਣਗੇ, ਪੈਸੇ ਬੜੇ ਆ। ਅੱਛਾ, ਆ ਦੱਸੋ ਕਿ ਫੀ ਹੱਥ ਵੇਖਣ ਦੇ ਕਿੰਨੇ ਪੈਸੇ ਲੈਂਦੇ ਹੋ? 500 ਰੁਪਈਆ ਲਈਦਾ ਬੱਚਾ। ਲੈ 500, ਆ ਸ਼ਰਕਪੁਰ ਇੱਕ ਬਾਬਾ ਪੂਰੀ ਬਾਂਹ ਵੇਖਣ ਦਾ 500 ਲੈਂਦਾ। ਤੇ ਤੁਸੀਂ ਮੈਨੂੰ ਉਂਗਲ ਚੈੱਕ ਕਰਾ ਲੋ। ਬਾਬਾ ਜੀ ਹਾਂਜੀ, ਆਪਣੇ ਮਾਨ ਨਾਲ ਦੱਸੋ, ਉਂਗਲ ਚੈੱਕ ਕਰਾਉਣ ਲਈ ਹੁੰਦੀ? ਮੈਂ ਨਜੂਮੀ ਆ ਜਨਾਬ, ਮੈਨੂੰ ਪਤਾ ਜਨਾਬ। ਆ ਦੱਸੋ, ਹਾਂਜੀ, ਚਾਹ ਪੀਓਗੇ ਜਾਂ ਪਾਣੀ? ਚਾਹ ਵੀ ਮੰਗਾ ਲੋ, ਨਾਲ ਸੁਪਰ ਬਿਸਕੁਟ ਵੀ ਮੰਗਾ ਲੋ, ਨਾਲ 2 ਬੰਦ ਵੀ ਮੰਗਾ ਲੋ, ਵਿੱਚ ਮੱਖਣ ਵੀ ਲਵਾ ਲੋ। ਕਿਉਂ, ਇੱਥੇ ਬਾਬੇ ਨੂੰ ਭੈਣ ਵੀ ਆਈ? ਉਹ
पूरे नाश्ते करन दे अपने मुंडियां नु पेश कीता जाए। हां मैं बुलाना बाबा जी। बुलाओ अपने मुंडियां अपना छोटिया ओ छोटिया नु मुंडिया।